ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਸੁਰਖਾਬ ਚੰਦ। ਦੋਸਤੋ, ਬੀਤੇ ਦਿਨੀ ਕੈਪਟਨ ਸਰਕਾਰ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਵਿੱਚ ਦੇਸ਼ ਦਾ ਨਾਮ ਚਮਕਾਉਣ ਵਾਲੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਪਰ ਇਸ ਸਭ ਦੇ ਵਿੱਚ ਇੱਕ ਖਿਡਾਰਨ ਸਰਕਾਰ ਦੀ ਅੱਖ ਤੋਂ ਓਹਲੇ ਰਹਿ ਗਈ। ਅਸੀਂ ਗੱਲ ਕਰ ਰਹੇ ਹਾਂ ਜਲੰਧਰ ਦੇ ਭੋਗਪੁਰ ਵਿੱਚ ਰਹਿਣ ਵਾਲੀ ਖਿਡਾਰਨ ਰਮਨਦੀਪ ਕੌਰ ਦੀ, ਜਿਸ ਨੇ ਸਤੰਬਰ 2017 ਵਿੱਚ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਸੋਨੇ ਦਾ ਮੈਡਲ ਜਿੱਤਿਆ ਸੀ। ਦੇਸ਼ ਨੂੰ ਸਨਮਾਨ ਦਿਵਾਉਣ ਵਾਲੀ ਇਹ ਖਿਡਾਰਨ ਅੱਜ ਗੁਰਬਤ ਵਿੱਚ ਆਪਣਾ ਜੀਵਨ ਗੁਜ਼ਾਰ ਰਹੀ ਹੈ। ਸੋ ਰਮਨਦੀਪ ਇਸ ਵਕਤ ਸਾਡੇ ਨਾਲ ਲਾਈਨ 'ਤੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਮਨਦੀਪ, ਸਤਿ ਸ਼੍ਰੀ ਅਕਾਲ, ਸਪੋਕਸਮੈਨ ਟੀਵੀ ਤੁਹਾਡਾ ਸਵਾਗਤ ਕਰਦਾ ਹੈ। ਸੋ ਰਮਨ, ਅਸੀਂ ਜਾਣਨਾ ਚਾਹੁੰਦੇ ਹਾਂ ਕਿ 14 ਸਾਲ ਤੁਸੀਂ ਪਾਵਰ ਲਿਫਟਿੰਗ ਨੂੰ ਦਿੱਤੇ ਨੇ, ਇਸ ਖੇਡ ਨੂੰ ਦਿੱਤੇ ਨੇ, ਸੋ 14 ਸਾਲ ਤੋਂ ਬਾਅਦ ਇਸ ਖੇਡ ਦਾ ਸਿੱਟਾ ਕੀ ਨਿਕਲਿਆ? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਟੀਵੀ 'ਤੇ ਇਨਵਾਈਟ ਕੀਤਾ। ਮੈਨੂੰ ਗੇਮ ਕਰਦੇ ਨੂੰ 14 ਸਾਲ ਜ਼ਰੂਰ ਹੋ ਚੁੱਕੇ ਨੇ ਅਤੇ ਮੈਂ ਇਸ ਗੇਮ ਨੂੰ ਆਪਣੀ ਲਾਈਫ ਦੇ 14 ਸਾਲ ਦੇ ਚੁੱਕੀ ਹਾਂ, ਪਰ ਅੱਜ ਇਸ ਗੇਮ ਦਾ ਸਿੱਟਾ ਬੇਰੁਜ਼ਗਾਰੀ ਨਿਕਲਿਆ। ਠੀਕ ਹੈ। ਸੋ ਰਮਨ, ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਵੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਨਾਲ ਕੀ ਨਾਇਨਸਾਫ਼ੀ ਕੀਤੀ ਗਈ ਹੈ? ਮੇਰੇ ਨਾਲ ਪੰਜਾਬ ਸਰਕਾਰ ਦੀ ਨਾਇਨਸਾਫ਼ੀ ਮੈਂ ਇਸ ਵੱਲ 'ਤੇ ਕਹਿ ਸਕਦੀ ਹਾਂ ਕਿ ਮੈਨੂੰ 14 ਸਾਲ ਹੋ ਗਏ ਗੇਮ ਕਰਦੇ ਨੂੰ, ਮੈਂ ਨੈਸ਼ਨਲ ਚੈਂਪੀਅਨ ਬਣੀ, ਇੰਟਰਨੈਸ਼ਨਲ ਚੈਂਪੀਅਨ ਬਣੀ, ਪਰ ਅੱਜ ਵੀ ਬੇਰੁਜ਼ਗਾਰੀ ਨਾਲ ਜੂਝ ਰਹੀ ਹਾਂ। ਕੀ ਗੱਲ ਮੇਰੇ ਵਾਸਤੇ ਪੰਜਾਬ ਸਰਕਾਰ ਦੇ ਕੋਲ ਇੱਕ ਨੌਕਰੀ ਤੱਕ ਨਹੀਂ ਹੈਗੀ? ਠੀਕ ਹੈ ਰਮਨ। ਰਮਨ, ਹੁਣ ਸਾਨੂੰ ਇਹ ਦੱਸੋ ਵੀ ਤੁਹਾਡੇ ਜਿਹੜਾ ਖੇਡ ਦਾ ਸਫ਼ਰ ਉਹ ਕਿਹੋ ਜਿਹਾ ਰਿਹਾ ਅਤੇ ਹੁਣ ਤੱਕ ਤੁਸੀਂ ਕਿੰਨੇ ਮੈਡਲ ਦੇਸ਼ ਦੀ ਝੋਲੀ ਵਿੱਚ ਪਾਏ ਨੇ? ਮੈਂ ਜੀ 7 ਵਾਰ ਨੈਸ਼ਨਲ 'ਚ ਗੋਲਡ ਮੈਡਲਿਸਟ ਹਾਂ, ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚੋਂ ਕਾਮਨਵੈਲਥ ਖੇਡੀ ਗਈ, ਪਿਛਲੇ ਸਾਲ 2017 ਦੇ ਵਿੱਚ ਸਾਊਥ ਅਫਰੀਕਾ ਦੇ ਪੋਰਟ ਸ਼ੈਫਰਡ ਸਿਟੀ ਦੇ ਵਿੱਚ ਹੋਈ ਸੀ ਕਾਮਨਵੈਲਥ ਚੈਂਪੀਅਨਸ਼ਿਪ, ਉਹਦੇ ਵਿੱਚ ਮੇਰਾ ਗੋਲਡ ਮੈਡਲ ਆ ਅਤੇ ਮੈਂ ਉੱਥੇ ਇੰਡੀਆ ਨੂੰ ਰੀਪ੍ਰਜੈਂਟ ਕੀਤਾ। ਰਮਨ, ਦੇਖਿਆ ਜਾਵੇ ਤਾਂ ਸਾਰੀਆਂ ਖੇਡਾਂ ਹੀ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਅਤੇ ਤੁਸੀਂ ਆਪਣੀ ਖੇਡ ਨਾਲ ਬਹੁਤ ਵਾਰ ਦੇਸ਼ ਅਤੇ ਪੰਜਾਬ ਸੂਬੇ ਦਾ ਨਾਮ ਚਮਕਾਇਆ, ਪਰ ਸਰਕਾਰ ਵੱਲੋਂ ਤੁਹਾਡੀ ਖੇਡ ਨੂੰ ਬਣਦੀ ਤਰਜੀਹ ਨਹੀਂ ਦਿੱਤੀ ਜਾਂਦੀ, ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਰਕਾਰ ਹੁਣ ਇਹ ਕਹਿ ਰਹੀ ਹੈ ਵੀ ਇਹ ਜਿਹੜੀ ਪਾਵਰ ਲਿਫਟਿੰਗ ਗੇਮ ਆ ਜਾਂ ਇਹ ਜਿਹੜੀ ਕਹਿ ਲਈਏ ਆਪਾਂ ਚੈਂਪੀਅਨਸ਼ਿਪਾਂ ਹੁੰਦੀਆਂ ਪਾਵਰ ਲਿਫਟਿੰਗ ਦੀਆਂ, ਵੀ ਪਾਵਰ ਲਿਫਟਿੰਗ ਨੂੰ ਨੋਨ ਓਲੰਪਿਕ ਗੇਮ ਕਿਹਾ ਜਾ ਰਿਹਾ, ਪਰ ਮੈਂ ਸਰਕਾਰ ਨੂੰ ਇਹ ਦੱਸਣਾ ਚਾਹਾਂਗੀ ਕਿ ਪਾਵਰ ਲਿਫਟਿੰਗ ਜਿਹੜੀ ਗੇਮ ਆ ਇਹ 1994 ਦੇ ਵਿੱਚ ਜਦੋਂ ਕਰਵਾਈ ਗਈ ਸੀ ਉਸ ਟਾਈਮ ਇਸ ਗੇਮ ਨੂੰ ਅਰਜੁਨ ਅਵਾਰਡ ਵੀ ਮਿਲਿਆ, ਇਸ ਗੇਮ ਨੂੰ ਦਰੋਣਾਚਾਰੀ ਅਵਾਰਡ ਵੀ ਮਿਲਿਆ, ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਇਸ ਗੇਮ ਦੇ ਨਾਮ ਹੋਏ। ਪਟਿਆਲਾ ਦੇ ਵਿੱਚ 2 ਐਸੇ ਖਿਡਾਰੀ ਹੋਏ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ, ਅਤੇ ਅੱਜ ਪੰਜਾਬ ਤੋਂ ਇਲਾਵਾ ਜਿਹੜੀਆਂ ਬਾਕੀ ਸਟੇਟਾਂ ਨੇ ਉੱਥੇ ਚਾਹੇ ਰੇਲਵੇ ਦੀ ਗੱਲ ਕਰ ਲਈਏ, ਚਾਹੇ ਬੈਂਕ ਦੀ ਕਰ ਲਈਏ, PRT ਡਿਪਾਰਟਮੈਂਟ ਦੀ ਕਰ ਲਈਏ, ਬਿਜਲੀ ਮਹਿਕਮੇ ਦੀ ਕਰ ਲਈਏ, ਪੁਲਿਸ ਦੀ ਗੱਲ ਕਰ ਲਈਏ, ਤਾਂ ਹਰ ਡਿਪਾਰਟਮੈਂਟ ਦੇ ਵਿੱਚ ਪਾਵਰ ਲਿਫਟਰ ਭਰਤੀ ਕੀਤੇ ਜਾ ਰਹੇ ਨੇ। ਤਾਂ ਪੰਜਾਬ ਹੀ ਕਿਹੋ ਜਿਹੇ ਸੂਬਾ ਕਿਉਂ ਆ ਜਿੱਥੇ ਪਾਵਰ ਲਿਫਟਰਾਂ ਨੂੰ ਕੋਈ ਜੋਬ ਨਹੀਂ, ਖਾਸ ਕਰ ਮੇਰੇ ਵਰਗੇ ਖਿਡਾਰੀ ਨੂੰ ਕਿਉਂ ਨਹੀਂ ਜੋਬ ਹੈਗੀ? ਠੀਕ ਹੈ ਰਮਨ, ਤੁਸੀਂ ਜਿਵੇਂ ਕਹਿੰਦੇ ਹੋ ਕਿ ਸਰਕਾਰ ਵੱਲੋਂ ਤਰਜੀਹ ਨਹੀਂ ਦਿੱਤੀ ਜਾਂਦੀ, ਸੋ ਇਸ ਤਰ੍ਹਾਂ ਤਾਂ ਖਿਡਾਰੀ ਗੁੰਮਰਾਹ ਹੁੰਦੇ ਹੋਣਗੇ ਅਤੇ ਉਹਨਾਂ ਦਾ ਜਿਹੜਾ ਭਵਿੱਖ ਆ ਜੋ ਵੀ ਇਸ ਖੇਡ ਦੇ ਵਿੱਚ ਬਣਾਉਣਾ ਚਾਹੁੰਦੇ ਨੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ? ਬਿਲਕੁਲ ਹੋ ਰਹੇ ਨੇ ਜੀ, ਗੁੰਮਰਾਹ ਕਿਉਂ ਨਹੀਂ ਹੋ ਰਹੇ? ਹੁਣ ਜਦ ਪੰਜਾਬ ਦੇ ਵਿੱਚ ਪਾਵਰ ਲਿਫਟਿੰਗ ਨੂੰ ਜੇ ਨੋਨ ਓਲੰਪਿਕ ਗੇਮ ਇਹ ਕਹਿ ਰਹੇ ਨੇ, ਤਾਂ 21 ਅਕਤੂਬਰ ਤੋਂ 25 ਅਕਤੂਬਰ ਤੱਕ ਜੂਨੀਅਰ ਨੈਸ਼ਨਲ ਜਿਹੜੀ ਕਿ ਪਟਿਆਲੇ ਵਿੱਚ ਕਰਵਾਈ ਜਾ ਰਹੀ ਆ ਉਹ ਕਿਉਂ ਕਰਵਾਈ ਜਾ ਰਹੀ ਆ? ਅਗਰ ਇਹ ਨੋਨ ਓਲੰਪਿਕ ਗੇਮ ਹੈ ਪਾਵਰ ਲਿਫਟਿੰਗ ਨੇ ਕਹਿ ਰਹੇ ਨੇ, ਤਾਂ ਇਸ ਗੇਮ ਦੀ ਸਭ ਤੋਂ ਤਕੜੀ ਟੀਮ ਰੇਲਵੇ ਦੇ ਵਿੱਚ ਕਿਉਂ ਆ? ਇਸ ਗੇਮ ਦੇ ਖਿਡਾਰੀ ਪੰਜਾਬ ਪੁਲਿਸ ਵਿੱਚ ਕਿਉਂ ਨੇ? ਇਸ ਗੇਮ ਦੇ ਖਿਡਾਰੀ ਬਿਜਲੀ ਬੋਰਡ ਦੇ ਵਿੱਚ ਕਿਉਂ ਅਤੇ ਪਟਵਾਰਖਾਨੇ ਦੇ ਵਿੱਚ ਇਹਨਾਂ ਖਿਡਾਰੀਆਂ ਦੀ ਭਰਤੀ ਕਿਉਂ ਕੀਤੀ ਗਈ ਜਦ ਇਹ ਨੋਨ ਓਲੰਪਿਕ ਗੇਮ ਆ?
ਰਮਨ, ਤੁਸੀਂ ਆਪਣੀ ਫਰਿਆਦ ਹੁਣ ਤੱਕ ਕਿਹੜੇ ਕਿਹੜੇ ਸਰਕਾਰੀ ਨੁਮਾਇੰਦੇ ਤੱਕ ਪਹੁੰਚਾਈ ਹੈ? ਮੇਰੇ ਕਹਿਣ ਦਾ ਮਤਲਬ ਹੈ ਕਿ ਹੁਣ ਤੱਕ ਤੁਸੀਂ ਆਪਣੇ ਮਾਮਲੇ ਨੂੰ ਲੈ ਕੇ ਕਿਸ ਮੰਤਰੀ ਜਾਂ ਨੇਤਾ ਨਾਲ ਸੰਪਰਕ ਕੀਤਾ? ਹਾਂਜੀ, ਮੈਂ ਆਪਣੇ ਜਿਹੜੇ ਪ੍ਰਗਟ ਸਿੰਘ ਨੇ, ਹੋਕੀ ਦੇ ਖਿਡਾਰੀ, ਉਹਨਾਂ ਨੂੰ ਮਿਲ ਚੁੱਕੀ ਹਾਂ ਅੱਜ ਤੋਂ 1.5 ਸਾਲ ਪਹਿਲਾਂ। ਉਹਨਾਂ ਨੇ ਮੈਨੂੰ ਇਹ ਸੁਝਾਅ ਦਿੱਤਾ ਸੀ ਵੀ ਭਾਈ ਆਪਣੇ ਹੈਂਡੀਕੈਪ ਜਿਹੜੀ ਪੈਰਾਲੰਪਿਕ ਜਿਹੜੀ ਗੇਮ ਆ ਪੈਰਾ ਸਪੋਰਟਸ, ਉਹਦੇ ਵਿੱਚ ਰਜਿੰਦਰ ਸਿੰਘ ਰੇਲੂ ਦੀ ਇੱਕ ਸੀਟ ਖਾਲੀ ਪਈ ਸੀ ਕੋਚ ਦੀ, ਵੀ ਤੂੰ ਐਲੀਜੀਬਲ ਆ, ਤੈਨੂੰ ਅਸੀਂ ਉੱਥੇ ਅਪੁਆਇੰਟ ਕਰਾਂਗੇ। ਇਹ ਉਹਨਾਂ ਦਾ 2 ਸਾਲ ਪਹਿਲਾਂ ਦਾ ਵਾਅਦਾ ਸੀ ਜਿਹੜਾ ਹਾਲੇ ਤੱਕ ਪੂਰਾ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਮਾਣਯੋਗ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਵੀ ਮਿਲੀ ਹਾਂ, ਉਹਨਾਂ ਨੇ ਵੀ ਇਹੀ ਮੈਨੂੰ ਆਸ਼ਵਾਸਨ ਦਿੱਤਾ ਵੀ ਤੈਨੂੰ ਅਸੀਂ ਜੋਬ ਵੀ ਜ਼ਰੂਰ ਦੇਵਾਂਗੇ। ਇਸ ਤੋਂ ਬਾਅਦ ਹੁਣ ਪਿੱਛੇ ਜਿਹੇ 15 ਅਗਸਤ ਨੂੰ ਮੈਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਮਿਲੀ, ਉਹਨਾਂ ਵੱਲੋਂ ਵੀ ਇਹੀ ਜਵਾਬ ਮਿਲਿਆ ਮੈਨੂੰ ਵੀ ਜਿਹੜੇ ਕਿ ਅੱਜ ਤੱਕ ਬਿਲਕੁਲ ਖਾਲੀ ਹੱਥ ਮੈਂ ਬੈਠੀ। ਰਮਨ, ਤੁਸੀਂ ਪੋਲੀਓਗ੍ਰਸਤ ਹੋ ਅਤੇ ਇਸ ਦੇ ਬਾਵਜੂਦ ਵੀ ਤੁਸੀਂ ਜਨਰਲ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਿਆ, ਜੋ ਕਿ ਬਹੁਤ ਹੀ ਕਾਬਲ ਤਾਰੀਫ ਹੈ, ਸ਼ਲਾਘਾਯੋਗ ਹੈ, ਪਰ ਤੁਸੀਂ ਪੈਰਾ ਓਲੰਪਿਕ ਵਿੱਚ ਕਿਉਂ ਨਹੀਂ ਖੇਡਦੇ? ਇਹ ਸਰ ਬਿਲਕੁਲ ਗਲਤ ਗੱਲ ਹੈ ਕਿ ਮੈਂ ਓਲੰਪਿਕ 'ਚ ਨਹੀਂ ਖੇਡਦੀ। ਮੈਂ ਪੈਰਾ ਓਲੰਪਿਕ ਦੇ ਵਿੱਚ ਵੀ ਨੈਸ਼ਨਲ ਮੈਡਲਿਸਟ ਹਾਂ, ਗੋਲਡ ਮੈਡਲਿਸਟ ਹਾਂ, ਨੈਸ਼ਨਲ ਗੋਲਡ ਮੈਡਲ ਮੈਂ ਜਿੱਤਿਆ ਹੋਇਆ ਅਤੇ ਪਰ ਉਸ ਤੋਂ ਬਾਅਦ ਜਿੱਥੋਂ ਤੱਕ ਮੇਰੀ ਨੌਲੇਜ ਮੈਨੂੰ ਦੱਸ ਰਹੀ ਆ ਕਿ ਮੈਂ 2014 ਦੀਆਂ ਸਕੋਟਲੈਂਡ ਦੇ ਵਿੱਚ ਗੇਮਾਂ ਹੋਈਆਂ ਸੀ, ਕਾਮਨਵੈਲਥ ਗੇਮਾਂ, ਉਹਨਾਂ ਦੇ ਵਿੱਚ ਮੇਰੀ ਸਿਲੈਕਸ਼ਨ ਬਣਦੀ ਸੀ ਪਰ ਕਿਸੇ ਕਾਰਨ ਮੈਂ ਰਿਜੈਕਟ ਹੋਈ, ਮੈਂ ਨਹੀਂ ਜਾ ਸਕੀ। ਤਾਂ ਉਸੇ ਰੋਜ਼ ਦੇ ਪ੍ਰਦਰਸ਼ਨ ਮੈਂ ਆਪਣੀ ਇਹ ਪੈਰਾਲੰਪਿਕ ਛੱਡ ਕੇ ਮੈਂ ਪਾਵਰ ਲਿਫਟਿੰਗ ਦਾ ਜਰਨਲ 'ਚ ਫਾਈਟ ਲੈਣੀ ਸ਼ੁਰੂ ਕੀਤੀ। ਸੋ ਜੋ ਤੁਸੀਂ ਦੱਸ ਰਹੇ ਹੋ ਜ਼ਿੰਦਗੀ ਬਾਰੇ, ਬਹੁਤ ਮੁਸ਼ਕਿਲਾਂ ਭਰਿਆ ਤੁਹਾਡਾ ਜੀਵਨ ਹੈ, ਸੋ ਇਹਨਾਂ ਦੌਰਾਨ ਤੁਹਾਡਾ ਪਰਿਵਾਰਕ ਗੁਜ਼ਾਰਾ ਕਿਵੇਂ ਚੱਲਦਾ? ਹਾਂਜੀ, ਮੈਂ ਘਰ ਦੇ ਵਿੱਚ ਸਟਿਚਿੰਗ ਕਰਦੀ ਹਾਂ, ਸਿਲਾਈ ਕਰਦੀ ਹਾਂ, ਮੇਰੇ ਹਸਬੈਂਡ ਲੇਬਰ ਕਰਦੇ ਨੇ, ਮੇਰੇ ਸਹੁਰਾ ਸਾਹਿਬ ਵੀ ਲੇਬਰ ਕਰਦੇ ਨੇ, ਨਾਲ ਮਿਲਕੇ ਅਸੀਂ ਘਰ ਦਾ ਥੋੜ੍ਹਾ ਬਹੁਤਾ ਗੁਜ਼ਾਰਾ ਚਲਾ ਰਹੇ। ਸੋ ਤੁਸੀਂ ਕਈ ਨੁਮਾਇੰਦਿਆਂ ਨੂੰ, ਕਈ ਨੇਤਾਵਾਂ ਤੱਕ ਤੁਸੀਂ ਪਹੁੰਚ ਕੀਤੀ ਹੈ, ਉਹਨਾਂ ਨੇ ਤੁਹਾਨੂੰ ਵਿਸ਼ਵਾਸ ਵੀ ਦਵਾਇਆ ਹੈ, ਸੋ ਇਹਨਾਂ ਦੌਰਾਨ ਰਮਨ ਤੁਹਾਡੀ ਅਜੇ ਵੀ ਸਰਕਾਰ ਤੋਂ ਕੋਈ ਆਸ ਉਮੀਦ ਹੈ ਜਾਂ ਟੁੱਟ ਚੁੱਕੀ ਹੈ? ਦੇਖੋ ਜੀ, 14 ਸਾਲਾਂ ਵਿੱਚ ਤਾਂ ਸਿਰਫ ਸਵਾਲ ਹੀ ਸਵਾਲ ਨੇ ਜਿਹਨਾਂ ਦਾ ਜਵਾਬ ਹਾਲੇ ਤੱਕ ਨਹੀਂ। ਅੱਗੇ ਉਮੀਦ ਕਰਦੀ ਕਿ ਸ਼ਾਇਦ ਮੇਰੇ ਕਰਮਾਂ 'ਚ ਇਹ ਪਰਮਾਤਮਾ ਇਹਨਾਂ ਦੇ ਲਈ ਹੋਈ ਤਾਂ ਕਿਤੇ ਨਾ ਕਿਤੇ ਧੱਕੀ ਨਾ ਸਕਲ ਹੀ ਜਾਏ। ਜਿਹਨਾਂ ਸਵਾਲਾਂ ਦੀ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਲੱਗਦਾ ਕਦੇ ਤੁਹਾਨੂੰ ਇਹਨਾਂ ਦਾ ਜਵਾਬ ਮਿਲੇਗਾ? ਸਰ, ਮੇਰੇ ਕੋਲ ਸਵਾਲ ਹੀ ਸਵਾਲ ਨੇ ਪਰ ਮੈਨੂੰ ਹਾਲੇ ਤੱਕ ਜਵਾਬ ਅਤੇ ਉਮੀਦ ਆ ਸ਼ਾਇਦ ਮਿਲ ਜਾਵੇ। ਠੀਕ ਹੈ ਰਮਨਦੀਪ, ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸੋ ਦੋਸਤੋ, ਇਹ ਸੀ ਰਮਨਦੀਪ ਜਿਸਨੇ ਆਪਣੇ ਖੇਡ ਸਫ਼ਰ ਨੂੰ ਸਾਡੇ ਨਾਲ ਸਾਂਝਾ ਕੀਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਿਰਫ ਸਵਾਲ ਹੀ ਹਨ ਅਤੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਸੋ ਹਰ ਇੱਕ ਅਪਡੇਟ ਜਾਣਨ ਲਈ, ਹਰ ਇੱਕ ਖਬਰ ਜਾਣਨ ਲਈ ਜੁੜੇ ਰਹੋ ਸਪੋਕਸਮੈਨ ਟੀਵੀ ਨਾਲ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਸਿਡਨੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ, ਪਰ 52% ਆਏ। ਉਹ 50 ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਤੋਂ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73-74 ਤੇ 75 Sector 17D ਚੰਡੀਗੜ੍ਹ। ਕੰਟੈਕਟ 0181-5044-999।